ਅਸਲਾਮ ਵਾਲੇਕੁਮ ਵੀਰੋ, ਕੀ ਹਾਲ ਚਾਲ? ਵੀਰੋ, ਕਿਸਾਨ ਧਰਨੇ ਦੇ ਆਗੂ ਨਵਦੀਤ ਸਿੰਘ ਨੂੰ 28 ਤਰੀਕ ਨੂੰ ਪ੍ਰਸ਼ਾਸਨ ਨੇ ਗ੍ਰਿਫਤਾਰ ਕਰ ਲਿਆ ਅਤੇ 120 ਦਿਨ ਉਹ ਜੇਲ੍ਹ ਦੇ ਵਿੱਚ ਰਹਿ ਕੇ ਆਏ ਆ। ਪ੍ਰਸ਼ਾਸਨ ਨੇ ਉੱਥੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ, ਕਿਸ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ, ਵੀਰੋ ਪੂਰੀ ਤਫਸੀਲ ਅੱਜ ਦੇ ਇੰਟਰਵਿਊ ਦੇ ਵਿੱਚ ਅਸੀਂ ਜਾਣਾਂਗੇ। ਸੋ ਚੱਲ ਕੇ ਵੀਡੀਓ ਦੇਣੇ ਆ, ਇਸ ਦੇ ਬਾਰੇ ਜਾਣਦੇ ਹਾਂ। ਮੋਹਾਲੀ ਏਅਰਪੋਰਟ ਤੋਂ ਲੈ ਕੇ ਆਏ ਤਾਂ ਲੈ ਕੇ ਆਉਂਦੇ ਸਾਰੀ ਸੀ ਸਟਾਫ ਲੈ ਕੇ ਸਿੱਧਾ ਰਿਮਾਂਡ ਰੂਮ ਚ? ਹਾਂ, ਸਿੱਧਾ ਰਿਮਾਂਡ। ਪੱਗ ਬੰਨੀ ਹੋਈ ਸੀਗੀ ਅਤੇ ਪਹਿਲੇ ਆ ਕੇ ਉਹਨੂੰ ਕਹਿੰਦੇ ਵੀ ਹਾਂ ਵੀ ਪੱਗ ਖੋਲ੍ਹ ਦਿਉ ਅਤੇ ਕੱਪੜੇ ਤਾਰ ਦਿਉ, ਹੈ ਨਾ, ਸਾਰੇ ਕੱਪੜੇ ਤਾਰ ਦਿਉ ਅਤੇ ਵੀ ਆਪਣਾ ਜਿਵੇਂ ਜਿਵੇਂ ਉਹਨਾਂ ਨੇ ਕਿਹਾ ਬਸ ਫਿਰ ਉਹਨਾਂ ਨੇ ਆਪਣਾ ਸਿੱਧਾ ਹੀ ਰਿਮਾਂਡ ਰੂਮ 'ਚ ਰਹਿ ਗਏ। ਉਹਨੂੰ ਕਿਤੇ ਨਹੀਂ ਮੈਨੂੰ ਇੱਧਰ ਉੱਧਰ ਕਿਤੇ ਵੀ ਸਿੱਧਾ ਰਿਮਾਂਡ ਰੂਮ ਦੇ ਅੰਦਰ ਪਿੱਛੇ ਬਾਹਾਂ 'ਚ ਇਵੇਂ ਕੁਰਸੀ ਲਾ ਕੇ ਥੱਲੇ ਮੈਂ ਬਿਠਾਇਆ, ਪਿੱਛੇ ਮੇਰੀ ਬਾਹਾਂ ਨੂੰ ਟੰਗਾਂ ਪਾ ਕੇ, ਹੈ ਨਾ, ਵਾਲ ਫੜ ਕੇ ਅਤੇ ਫਿਰ ਉਹ ਗਿਰੜੀ ਫੇਰਦੇ ਨੇ ਜਦੋਂ ਅਤੇ ਮਤਲਬ ਪਾੜ ਦਿੰਦੇ ਨੇ ਪੱਟਾਂ ਨੂੰ ਜਮ੍ਹਾਂ ਹੀ, ਹੈ ਨਾ। ਚੱਡੇ ਦਾ ਇੱਕ ਅਲੱਗ ਚੀਜ਼ ਹੈ, ਗਿਰੜੀ ਨਾਲ ਪੱਟ ਪਾੜ ਦੇਣੇ, ਹੈ ਨਾ। ਮਤਲਬ ਪਹਿਲਾਂ ਦੋ ਜਣੇ ਸਾਈਡ 'ਚ ਲੱਗੇ, ਹੈ ਨਾ, ਫਿਰ ਉਹ ਚਾਰ ਆਏ, ਉਹ ਫਿਰ 6 ਆਏ, ਹੈ ਨਾ। ਹਾਂ ਵੀ ਮਤਲਬ ਵੀ ਉਹਨਾਂ ਨੇ ਇੱਕ ਬਾਤ ਜਮ੍ਹਾਂ ਹੀ ਮਤਲਬ ਆਹ ਲਾ ਲਿਓ ਵੀ ਮੇਰੇ ਖਿਆਲ 2-3 ਘੰਟੇ ਤੋਂ ਮੇਰੇ ਤੋਂ ਖੜ੍ਹਾ ਵੀ ਨਹੀਂ ਹੋਇਆ ਗਿਆ ਵੀ ਇੰਨਾ ਮਤਲਬ ਹੈ ਨਹੀਂ ਸੀ, ਜਾਣੇ ਹੋ ਜਾਏ ਵੀ ਸਾਡਾ ਟੰਗਾਂ ਖਤਮ ਹੋ ਗਈਆਂ। ਰਿਮਾਂਡ ਰੂਮ ਸੀਗਾ ਉਹਦੇ ਅੰਦਰ ਸੀਗੇ 42 ਮੁੰਡੇ ਦਾ, ਜਿਹੜੇ ਮਤਲਬ CIA ਵਾਲੇ ਸੀਗੇ, ਉਹਨਾਂ ਨੇ ਮੇਰਾ ਰਿਮਾਂਡ ਕੀਤਾ ਉੱਥੇ। ਤਾਂ 45-50 ਮੁੰਡੇ ਸੀਗੇ ਅਤੇ ਬਾਕੀ ਉਹ ਜਿਹੜੇ ਕਮਾਂਡੋ ਵਾਲੀ ਵਰਦੀ ਵੁਰਦੀ 'ਚ ਹੁੰਦੇ ਨੇ ਮੁੰਡੇ, ਜਿਹਨਾਂ ਦੀ ਫੋਰਸੀ ਸੀਗੀ, ਹੈ ਨਾ। ਕਰਨਾਲ ਇੱਕ ਸਰਦਾਰ ਸੀਗੇ, ਸਰਦਾਰ ਜੀ ਸੀਗੇ ਹਰਜਿੰਦਰ ਖਹਿਰਾ, ਹਾਂ, ਜਿਹਨੇ ਲਾਠੀਚਾਰਜ ਕੀਤਾ ਸੀ। ਹਾਂ, ਉਹ ਕੁਰਸੀ ਡਾ ਕੇ ਬੈਠ ਗਿਆ ਐਵੇਂ ਜਿਵੇਂ ਅਸੀਂ ਬੈਠੇ ਹਾਂ ਅਤੇ ਉਹ ਕਹਿੰਦਾ ਵੀ ਬੰਨ ਲਓ ਇਹਦੇ ਹੱਥ ਪੈਰ, ਬੰਨ ਲਓ, ਹੈ ਨਾ। ਅੱਛਾ, ਹੱਥ ਪੈਰ ਬੰਨ ਕੇ ਫਿਰ ਉਹਨੇ ਚਿੱਡੇ ਚੁੱਡੇ ਪਾੜੇ ਉੱਥੇ ਅਤੇ ਕਰਿਆ ਉਹਨੇ ਜਿੰਨਾ ਕੁ ਉਹਨਾਂ ਤੋਂ ਪੂਰਾ ਉਹਨੇ ਆਪਣੀ ਵਾਹ ਲਾਈ ਉੱਥੇ, ਹੈ ਨਾ, ਵੀ ਤੂੰ ਜ਼ਿਆਦਾ ਬੋਲਦਾ, ਤੈਨੂੰ ਇਹ ਫਲਾਣਾ ਟਮਕਾਉਣਾ, ਹੈ ਨਾ। ਵੀ ਮੈਂ ਕਿਹਾ ਵੀ ਸੱਚ ਹੱਕ ਦੀ ਲੜਾਈ ਹੈ, ਹੈ ਨਾ, ਵੀ ਸੱਚ ਹੱਕ ਦੀ ਲੜਾਈ ਹੈ ਵੀ ਤਾਂ ਲੜਨੀ ਹੈ, ਹੈ ਨਾ, ਵੀ ਤੂੰ ਜ਼ਿਆਦਾ ਹੀਰੋ ਬਣਦਾ ਆ, ਐਵੇਂ ਆ, ਉਵੇਂ ਆ। ਫਿਰ ਅਗਲੇ ਦਿਨ ਇਹਨਾਂ ਨੇ ਮੇਰਾ ਰਿਮਾਂਡ ਲੈ ਲਿਆ 2 ਦਿਨ ਦਾ। ਫਿਰ ਉੱਪਰੋਂ NIA ਵਾਲੇ ਆਏ ਸੀ, CBI ਵਾਲੇ, ਉਹ ਸਵੇਰੋਂ ਇੰਟਰੋਗੇਸ਼ਨ ਕਰਨ ਲੱਗ ਜਾਂਦੇ ਸੀਗੇ, ਬਿਠਾ ਕੇ ਸਵੇਰ ਤੋਂ ਲੈ ਕੇ ਸ਼ਾਮ ਹੋ ਜਾਂਦੀ ਸੀਗੀ। ਪੁੱਛਦੇ ਰਹਿੰਦੇ ਸੀਗੇ ਐਵੇਂ ਉਲਝਾ ਉਲਝਾ ਕੇ, ਹੈ ਨਾ, ਵੀ ਪੈਸਾ ਕਿੱਥੋਂ ਆਉਂਦਾ, ਇਹ ਕਿੱਥੇ ਆਉਂਦਾ, ਫੰਡਿੰਗ ਕਿੱਥੋਂ ਆਉਂਦੀ ਆ, ਕਿੰਨੇ ਪੈਸੇ ਆ, ਨਿਕਲਿਆ ਨਹੀਂ ਇਹਨਾਂ ਕੋਲ ਕੁਛ ਵੀ, ਸਾਰਾ ਲਾ ਰਹੇ ਨੇ ਮੇਰੇ ਅਕਾਊਂਟ ਲੈ ਲਏ। ਰਿਮਾਂਡ ਲਿੱਤਾ ਤਸ਼ੱਦਦ ਉਹਨਾਂ ਨੇ ਕੀਤਾ ਤੁਹਾਡੇ ਉੱਤੇ, ਚੱਡੇ ਤੱਕ ਪਾੜੇ, ਬਰਫ਼ ਦੀ ਸਿੱਲਾਂ ਦੇ ਉੱਤੇ ਵੀ ਲਟਾਇਆ, ਸਭ ਕੁਛ ਕਰਿਆ ਬਾਬਾ ਜੀ, ਜੋ ਜੋ ਇਹਨਾਂ ਤੋਂ ਹੋਇਆ ਇਹਨਾਂ ਨੇ ਸਭ ਕੁਛ ਕਰਿਆ। ਇੰਨੀ ਬਾਹਰ ਲੱਗੀ ਹੈ ਨਾ, ਆਪਣੀ ਮੂੰਹ ਪਾਣੀ 'ਚ ਡੁਬੋ ਕੇ ਰੱਖਣਾ, ਸਾਹ ਨਹੀਂ ਆਉਣ ਦੇਣਾ, ਖਾਸੀ ਖਾਸੀ ਦੇ, ਅਤੇ ਸਭ ਕੁਛ ਕਰਦੇ ਨੇ ਜੋ ਇਹਨਾਂ ਤੋਂ ਹੁੰਦਾ, ਉਹ ਸਭ ਕੁਛ ਕਰਦੇ ਨੇ। ਉਦੋਂ ਸੂਰਤ 'ਚ ਸੀ ਤੁਸੀਂ, ਮਤਲਬ ਕਿ ਨਾ ਸੂਰਤ 'ਚ ਤਾਂ ਰਹਿੰਦੇ ਸੀਗੇ ਅਤੇ ਕੋਈ ਨਾਮ ਜਪਦੇ ਸੀਗੇ, ਹੈ ਨਾ, ਅਤੇ ਉੱਥੇ ਵੀ ਜਦੋਂ ਵੀ ਇਹਨਾਂ ਨੇ ਕੀਤਾ ਉਦੋਂ ਵੀ ਵਾਹਿਗੁਰੂ ਨਿਕਲਦਾ ਸੀਗਾ ਮੂੰਹ 'ਚੋਂ। ਜੇਲ੍ਹ ਦੇ 111 ਦਿਨਾਂ ਨੇ ਕੀ ਟ੍ਰਾਂਸਫੋਰਮੇਸ਼ਨ, ਕੀ ਬਦਲਾਵ ਨਵਦੀਪ ਦੇ ਅੰਦਰ ਲੈ ਕੇ ਆਇਆ? ਬਹੁਤ ਬਦਲਾਵ ਹੈ। ਪਹਿਲਾਂ ਵਾਹਿਗੁਰੂ ਨਾਲ ਜੁੜੇ ਹੋਏ ਸੀਗੇ, ਹੈ ਨਾ, ਪਰ ਅੰਦਰ ਜਾ ਕੇ ਬਹੁਤ ਜ਼ਿਆਦਾ ਜੁੜ ਗਏ। ਅੰਦਰ ਗੁਰਦੁਆਰਾ ਸੀਗਾ, 3 ਬਾਣੀਆਂ ਦੇ ਨਿਤਨੇਮੀ ਹੋ ਗਏ ਅੰਦਰ ਜਾ ਕੇ, ਬਾਬਾ ਜੀ ਮਿਲ ਗਏ, ਸੰਥਿਆ ਮਿਲੀ, ਹੈ ਨਾ, ਬਾਣੀਆਂ ਦੀ ਪਾਠ ਕਰਨਾ ਸ਼ੁਰੂ ਕਰਤਾ। ਪਾਠ ਕਰਨਾ ਸ਼ੁਰੂ ਕਰਤਾ। ਕਿਹੜਾ ਕਿਹੜਾ ਪਾਠ ਕੀਤਾ? ਪਾਠ ਕਰਦੇ ਨੇ ਸਵੇਰੇ, ਜਪਜੀ ਸਾਹਿਬ ਦਾ ਕਰਦੇ ਨੇ, ਚੁਪਈ ਸਾਹਿਬ ਦਾ ਕਰਦੇ ਨੇ, ਆਨੰਦਪੁਰ ਸਾਹਿਬ ਦਾ ਕਰਦੇ ਨੇ ਸਵੇਰੇ, ਅਰਦਾਸ ਕਰਦੇ ਨੇ। ਇਤਿਹਾਸ ਪੜ੍ਹਿਆ ਅੰਦਰ, ਅੰਦਰ ਲਾਇਬ੍ਰੇਰੀ ਸੀਗੀ। ਅੱਛਾ, ਸਾਰਾ ਇਤਿਹਾਸਿਕ ਇਤਿਹਾਸ ਸਾਰਾ ਪੜ੍ਹਿਆ। ਜੇਲ੍ਹ ਬਹੁਤ ਕੁਛ ਸਿਖਾਉਂਦੀ ਹੈ ਬੰਦੇ ਨੂੰ। ਜੇਲ੍ਹ ਚੱਲੇ ਬਾਬੇ ਨਾਨਕ ਦੇ ਫਲਸਫੇ 'ਤੇ ਰਹੀ ਹੈ, ਕਿਵੇਂ ਸਾਰੇ ਦੇਖੀ ਅਸੀਂ, ਹੈ ਨਾ। ਜੇਲ੍ਹ 'ਚ ਬੰਦਾ ਕਿਉਂ ਜਾਂਦਾ? ਬੰਦਾ ਜਾਂਦਾ ਜੇਲ੍ਹ 'ਚ ਜਿਹੜੇ 5 ਵਿਕਾਰ ਬਾਬਾ ਜੀ ਨੂੰ ਪਸੰਦ ਨਹੀਂ ਹੈਗੇ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਚੀਜ਼ਾਂ ਮਾੜੀਆਂ ਚੀਜ਼ਾਂ ਨੇ ਜਿਹੜੀਆਂ ਬਾਬਾ ਜੀ ਨੂੰ ਪਸੰਦ ਨਹੀਂ ਹੈਗੀਆਂ, ਹੈ ਨਾ, ਉਹਨਾਂ ਕਰਕੇ ਅੰਦਰ ਜਾਂਦਾ ਬੰਦਾ। ਅਤੇ ਅੰਦਰ ਜਾ ਕੇ ਵੀ ਬਾਬੇ ਨਾਨਕ ਦੇ ਫਲਸਫੇ 'ਤੇ ਜੇਲ੍ਹ ਚੱਲ ਰਹੀ ਆ, ਉੱਥੇ ਇੱਕ ਬੈਰਕ, ਬੈਰਕ 'ਚ 50 ਬੰਦੇ ਪਏ ਨੇ,
ਇੱਕ ਦੂਜੇ ਨੂੰ ਭਰਾ ਸੋਚਦੇ ਨੇ ਸਾਰੇ ਦੇ ਸੰਤ ਸਾਰੇ ਅੰਦਰ, ਹੈ ਨਾ, ਕੋਈ ਜਾਤ ਪਾਤ ਨਹੀਂ ਹੈਗੀ ਅੰਦਰ, ਸੇਮ ਥਾਲੀਆਂ ਨੇ, ਹੈ ਨਾ, ਕਦੇ ਕਿਸੇ ਦੀ ਥਾਲੀ ਲੈ ਕੇ ਰੋਟੀ ਖਾ ਲਈ, ਕਦੇ ਕਿਸੇ ਦੀ ਥਾਲੀ ਲੈ ਕੇ ਰੋਟੀ ਖਾ ਲਈ, ਠੀਕ ਹੈ, ਇੱਕ ਦੂਜੇ ਦੇ ਦੁੱਖ ਦੇ ਸਾਂਝੇ ਮਤਲਬ ਬਣਦੇ ਨੇ, ਹੈ ਨਾ, ਵੀ ਹਾਂ ਉਹਦਾ ਦੁੱਖ ਸੁਣ ਲਿਆ, ਹੈ ਨਾ, ਵੀ ਉਹਨੂੰ ਸਕੂਨ ਮਿਲ ਗਿਆ, ਹੈ ਨਾ, ਨਵਦੀਪ ਦੀ ਜ਼ਿੰਦਗੀ ਦਾ ਮਕਸਦ ਬਦਲਿਆ ਜਾਂ ਨਵਦੀਪ ਨੇ ਕੁਝ ਆਪਣਾ ਮਕਸਦ ਬਣਾਇਆ ਜ਼ਿੰਦਗੀ ਦਾ? ਬਿਲਕੁਲ ਬਿਲਕੁਲ, ਭਾਣੇ 'ਚ ਰਹਿਣਾ ਸਿੱਖ ਲਿਆ ਵਾਹਿਗੁਰੂ ਦੇ, ਹੈ ਨਾ, ਜਿਵੇਂ ਅੰਦਰ ਡੇਟ ਲੱਗ ਜਾਂਦੀ ਸੀ, ਹੈ ਨਾ, ਅਗਲਾ ਕੇਸ ਪੈ ਗਿਆ, ਸਿਰਫ ਇਹ ਸੀਗਾ, ਕਦੇ ਵੀ ਇਹ ਨਹੀਂ ਸੋਚਿਆ ਵੀ ਹਾਂ ਦੁੱਖ ਆ ਗਿਆ ਅੰਦਰ ਵੀ ਉਦਾਸ ਹੋ ਕੇ ਬੈਠਾਂਗੇ, ਚੜ੍ਹਦੀ ਕਲਾ 'ਚ ਰਹੇ ਹਾਂ, ਅਤੇ ਜੇਲ੍ਹ 'ਚ ਜਾ ਕੇ ਪਤਾ ਲੱਗਿਆ ਮਕਸਦ ਕੀ ਆ, ਮਕਸਦ ਸਿਰਫ ਕਹਿਣਾ ਇੱਕ ਧਰਮਸ਼ਾਲਾ ਹੈ, ਹੈ ਨਾ, ਧਰਮਸ਼ਾਲੀ ਕਹਿੰਦੇ ਆ ਨਾ ਬਾਬਾ ਨਾਨਕ ਜੀ ਦੀ, ਧਰਤੀ ਇੱਕ ਧਰਮਸ਼ਾਲਾ, ਹੈ ਨਾ, ਅਤੇ ਇੱਥੇ ਵੀ ਬੰਦਾ ਇੱਕ ਸੁਚਾਰ ਮਨੁੱਖ ਬਣਨ ਵਾਸਤੇ ਆਇਆ ਹੋਇਆ, ਵੀ ਜਿਹੜਾ ਉਹ ਸੱਚਖੰਡ 'ਚ ਜਾਊਗਾ, ਜਿਹੜਾ ਪ੍ਰਵਾਨ ਹੋਊਗਾ ਵੀ ਜਿਹੜੀਆਂ ਚੀਜ਼ਾਂ ਬਾਬਾ ਜੀ ਨੂੰ ਪਸੰਦ ਨੇ ਉਹਨਾਂ ਚੀਜ਼ਾਂ 'ਚ ਰਹਿ ਕੇ, ਹੈ ਨਾ, ਦੁਬਾਰਾ ਹੁਣ ਫਿਰ ਹਾਂਜੀ ਹਾਂ, ਨਾ 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 ਪਿੱਛੇ ਨਹੀਂ ਹਟਦੇ, ਅਗਰ ਸੋਚੇ ਨਾ ਪ੍ਰਸ਼ਾਸਨ ਸੋਚੇ ਜਾਂ ਸਰਕਾਰ ਸੋਚੇ ਵੀ ਕੋਈ ਜੇਲ੍ਹਾਂ ਕੱਟ ਲਈਆਂ ਜਾਂ ਨਵਦੀਪ ਉਹਨਾਂ ਦੇ ਤਸੱਦ ਕਰਤਾ ਵੀ ਇਹ ਪਿੱਛੇ ਹਟ ਜਾਣਗੇ, ਡਰ ਜਾਣਗੇ, ਹੈ ਨਾ, ਉੱਦਣ ਡਰ ਜਾਣਗੇ ਜਿੱਦਣ ਵੀ ਹਾਂ ਸੀਵੈਂ 'ਤੇ ਚਲੇ ਜਾਣਗੇ, ਹੈ ਨਾ, ਕਫਨ ਪੈ ਜਾਣਗੇ ਉੱਪਰ ਨੂੰ, ਹੈ ਨਾ, ਇਸ ਕਿਸਾਨੀ ਕੌਮ ਪਿੱਛੇ, ਸਿੱਖੀ ਕੌਮ ਪਿੱਛੇ, ਕੁਛ ਐਵੇਂ ਤਾਂ ਉਹਨਾਂ ਨੇ ਕਿਹਾ ਕਿ ਦੁਬਾਰਾ ਫਿਰ ਉਹੋ ਜਿਹੇ ਪੰਗਿਆਂ 'ਚ ਨਾ ਪਈ? ਹਾਂ ਕਹਿੰਦੇ ਨੇ, ਇਹ ਤਾਂ ਸਭ ਕੁਛ ਕਹਿੰਦੇ ਨੇ ਵੀ ਐਵੇਂ ਨਹੀਂ ਜੀ ਕਰਨਾ ਜੀ, ਜੇਲ੍ਹਾਂ ਨੇ, ਠੀਕ ਹੈ ਜੇਲ੍ਹਾਂ ਨੇ, ਮੈਂ ਤਾਂ ਕਹਿ ਕੇ ਆਇਆ ਸੀ ਉੱਥੇ ਵੀ, ਹੈ ਨਾ, ਜੇਲ੍ਹ 'ਚ ਬਾਹਰ ਖੜ ਕੇ ਵੀ ਕਿਹਾ ਮੈਂ ਕਿਹਾ ਸਾਰੀ ਉਮਰ ਵੀ ਇਹਦੇ ਅੰਦਰ ਕੱਟਣੀ ਪਏਗੀ ਨਾ ਕੌਮ ਪਿੱਛੇ, ਸਾਰੀ ਉਮਰ ਕੱਟ ਲਾਂਗੇ ਹਾਂ ਸੱਚ ਵਾਹਿਗੁਰੂ ਦੇ ਭਾਣੇ। 28 ਤਰੀਕ ਨੂੰ ਨਵਦੀਪ ਨੂੰ ਹਰਿਆਣਾ ਪੁਲਿਸ ਚੁੱਕ ਲੈਂਦੀ ਹੈ, ਜਿਸ ਤੋਂ ਬਾਅਦ ਨਵਦੀਪ 111 ਦਿਨਾਂ ਬਾਅਦ ਅੱਜ ਜੇਲ੍ਹ ਤੋਂ ਬੇਲ ਦੇ ਉੱਤੇ ਬਾਹਰ ਆਇਆ। ਨਵਦੀਪ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ ਕਿ ਇਹਨਾਂ 111 ਦਿਨਾਂ ਦੇ ਵਿੱਚ ਕੀ ਕੁਛ ਨਵਦੀਪ ਦੀ ਜ਼ਿੰਦਗੀ ਦੇ ਵਿੱਚ ਹੋਇਆ, ਕੀ ਕੁਛ ਨਵਦੀਪ ਨੇ ਇਹਨਾਂ 111 ਦਿਨਾਂ ਦੇ ਵਿੱਚ ਅਹਿਸਾਸ ਕੀਤਾ, ਗੱਲਬਾਤ ਕਰਦੇ ਹਾਂ। ਨਵਦੀਪ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਿ ਉਸ ਦਿਨ ਹੁੰਦਾ ਕੀ ਹੈ, 28 ਤਰੀਕ ਨੂੰ ਤੁਸੀਂ, ਜਿਵੇਂ ਤੁਹਾਡੇ ਪਰਿਵਾਰ ਨੇ ਜ਼ਿਕਰ ਕੀਤਾ, ਕਿਸਾਨੀ ਜੋ ਲੀਡਰ ਨੇ ਉਹਨਾਂ ਨੇ ਜ਼ਿਕਰ ਕੀਤਾ ਕਿ ਲੈ ਗਏ ਹੋਏ ਸੀਗੇ, ਉੱਥੋਂ ਵਾਪਸ ਪਰਤ ਰਹੇ ਸੀ, ਔਰ ਉਸ ਤੋਂ ਬਾਅਦ ਕਹਿੰਦੇ ਪਤਾ ਹੀ ਨਹੀਂ ਚੱਲਦਾ ਕਿ ਨਵਦੀਪ ਨੂੰ ਕਿੱਥੇ ਲੈ ਜਾਂਦੇ ਨੇ, ਸਾਨੂੰ ਤਾਂ 30 ਤਰੀਕ ਨੂੰ ਜਾ ਕੇ ਪਤਾ ਚੱਲਿਆ। ਹੋਇਆ ਕੀ? ਹੋਇਆ ਐਵੇਂ ਸੀਗਾ, ਹੁਣ ਫਿਰਦੇ ਤਾਂ ਸਾਨੂੰ ਬਾਹਲੇ ਟਾਈਮ ਤੋਂ ਅਸੀਂ ਚੱਕਣ ਨੂੰ, ਜਿਵੇਂ ਸਾਨੂੰ ਰਿਪੋਰਟਾਂ ਮਿਲ ਰਹੀਆਂ ਸੀਗੀਆਂ, ਅਸੀਂ ਉੱਤੋਂ ਵੀ ਜਦੋਂ 23 ਤਰੀਕ ਨੂੰ ਅਸੀਂ ਐਲਾਨ ਕੀਤਾ ਸੀ ਵੀ ਹਾਂ ਜਿਵੇਂ ਦੀ ਰਿਪੋਰਟ ਸੀ, ਉਦੋਂ ਸਾਡੇ ਗੱਡੀ ਦੇ ਪਿੱਛੇ ਗੱਡੀ ਲਿਆਈ ਪੁਲਿਸ ਵਾਲਿਆਂ ਨੇ ਇੱਥੇ ਅੰਬਾਲੇ ਦੇ ਅੰਦਰ, ਜਦੋਂ ਮੈਂ ਪਿੰਡ ਘਰ 'ਚੋਂ ਨਿਕਲਿਆ ਉੱਥੋਂ। ਅੱਛਾ। ਅਤੇ ਪਤਾ ਸੀ ਸਾਨੂੰ ਵੀ ਹਾਂ ਇਹ ਸਾਨੂੰ ਚੱਕਣਗੇ, ਅਤੇ ਬਚੇ ਰਹੇ ਸੀ ਖਾਸੇ ਟਾਈਮ ਤੋਂ, ਕਿਉਂਕਿ ਇਹਨੂੰ ਇਹ ਸੀਗਾ ਵੀ ਹਾਂ ਨਵਦੀਪ ਉਹਨਾਂ ਨੂੰ ਚੱਕੋ, ਥੋੜ੍ਹਾ ਉਹ ਜਿਵੇਂ ਹੋ ਗਿਆ ਸੀਗਾ ਉੱਥੇ, ਉਹ ਆਈ ਸੀਗੀਆਂ ਪੋਕ ਲੈਣਾ ਜਿਹੀਆਂ ਸੀਗੀਆਂ, ਹੈ ਨਾ, ਥੋੜ੍ਹਾ ਜ਼ਿਆਦਾ ਤਿੱਖਾ ਪ੍ਰਦਰਸ਼ਨ ਹੋ ਗਿਆ ਸੀ ਉੱਥੇ, ਹੈ ਨਾ, ਇਹਨਾਂ ਦੇ ਇਹਨਾਂ ਦੇ ਡਰ 'ਤੇ ਮੈਂ ਹੈਗਾ ਹੀ ਸੀ ਉਦੋਂ ਦਾ ਹੀ, ਅਤੇ ਇੱਧਰੋਂ ਇਹਦੇ ਆਪਣਾ ਐਸ ਪੀ ਰੰਧਾਵੇ ਦੇ ਵੀ ਸੀਗੇ, ਹੈ ਨਾ, ਵੀ ਹਾਂ ਵੀ ਚੱਕਣਾ ਇਹਨੂੰ, ਹੈ ਨਾ, ਅਤੇ ਅਸੀਂ ਉੱਥੇ ਪ੍ਰੋਟੈਸਟ, ਮੁੰਡੇ ਆਏ ਸੀ ਉੱਥੋਂ ਆਪਣਾ ਲੱਦਾਖ ਤੋਂ ਪ੍ਰੋਟੈਸਟ ਕਰਨ ਇੱਥੇ ਆਪਣੇ ਵਾਲੇ ਅੰਦੋਲਨ 'ਚ। ਅੱਛਾ। ਉਹ ਸੋਨ ਵਾਂਗ ਚੁੱਕ ਨੇ ਉੱਥੇ ਆਪਣੇ ਲੱਦਾਖ ਦੇ ਪਹਾੜਾਂ ਪਹੁੜਾਂ ਵਾਸਤੇ ਕਲਾਈਮੇਟ ਨੂੰ ਲੈ ਕੇ, ਕਲਾਈਮੇਟ ਨੂੰ ਲੈ ਕੇ ਜਿਹੜਾ ਅੰਦੋਲਨ ਛੇੜਿਆ ਹੋਇਆ ਸੀਗਾ ਉੱਥੇ, ਅਤੇ ਉਹਨਾਂ ਨਾਲ ਸਾਡਾ ਇੱਥੇ ਹੋਇਆ, ਹੈ ਨਾ, ਮਤਲਬ ਮੇਲ ਮਿਲਾਪ ਹੋਇਆ, ਵੀ ਉਹ ਕਹਿੰਦੇ ਵੀ ਸਾਡੇ ਵੀ ਉੱਥੇ ਆਏ, ਐਵੇਂ ਐਵੇਂ ਕਰਕੇ ਧਰਨਾ ਚੱਲਦਾ ਬਹੁਤ ਟਾਈਮ ਤੋਂ, ਮੇਰੇ ਖਾਸ ਦਿਨ 21 ਦਿਨ ਮੇਰੇ ਖਿਆਲ ਨੂੰ ਭੁੱਖ ਹੜਤਾਲ 'ਤੇ ਬੈਠੇ ਸੋਨ ਵਾਂਗ ਚੁੱਕ ਸੀਗੇ ਜਿਹੜੇ, ਹੈ ਨਾ, ਅਤੇ ਅਸੀਂ ਉੱਥੇ ਗਏ, ਆਪਾਂ ਫਲਾਈਟ ਤੋਂ ਹੀ ਗਏ ਇੱਥੋਂ, ਹੈ ਨਾ, ਆਪਾਂ ਨੇ ਮੋਹਾਲੀ ਤੋਂ ਲਿੱਤੀ, ਅਤੇ ਉੱਥੇ ਜਾ ਕੇ ਉਹਨਾਂ ਦੀ ਹਿਮਾਇਤ ਵੀ ਕੀਤੀ, ਹੈ ਨਾ, ਉੱਥੇ ਸਪੀਚ ਵੀ ਦਿੱਤੀ, ਉਹ ਪਾਣੀ ਵੀ ਸੀਗੇ ਇੱਥੇ, ਬਟ ਪਾਈ ਉਸ ਕਰਕੇ ਨਹੀਂ ਸੀਗੀ ਵੀ ਥੋੜ੍ਹਾ ਲੋਕੇਸ਼ਨ ਦਾ ਸੀਗਾ ਵੀ ਪਤਾ ਨਾ ਲੱਗ ਜੇ, ਹੈ ਨਾ, ਬਟ ਜਦੋਂ ਆਏ ਉਹਨਾਂ ਕੋਲ ਸ਼ਾਇਦ ਰਿਪੋਰਟ ਸੀਗੀ ਵੀ ਇਹ ਵਾਪਸ ਆਉਣ ਲੱਗੇ ਨੇ ਉੱਥੇ, ਅਤੇ ਇਹਨਾਂ ਨੇ ਸਾਨੂੰ ਮੋਹਾਲੀ ਏਅਰਪੋਰਟ ਤੋਂ ਹੀ ਚੱਕ ਲਿਆ ਸੀਗਾ। ਅੱਛਾ, ਮੋਹਾਲੀ ਏਅਰਪੋਰਟ ਤੋਂ ਤੁਹਾਡੀ ਗ੍ਰਿਫਤਾਰੀ ਹੋਈ ਹੈ? ਹਾਂ, ਮੇਰੀ ਮੋਹਾਲੀ ਏਅਰਪੋਰਟ ਤੋਂ, ਮੈਨੂੰ ਜਦੋਂ ਮੈਂ ਅੰਦਰ ਵੜਿਆ ਮੋਹਾਲੀ ਏਅਰਪੋਰਟ ਦੇ ਅੰਦਰ, ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀਗਾ, ਮੈਂ ਗੜਬੜਾ ਥੋੜ੍ਹੀ ਜਿਹੀ, ਹੈ ਨਾ, ਉੱਥੇ ਸਰਦਾਈ ਜੀ ਕਮੀਜ਼ 'ਚ 3-4 ਮੁੰਡੇ ਜਿਹੜੇ ਹੁੰਦੇ ਨੇ ਉੱਥੇ, ਐਵੇਂ ਆਮ ਜਿਹੇ ਹੁੰਦੇ ਨੇ, ਕਿਉਂਕਿ ਪਹਿਲਾਂ ਵੀ ਜਾਂਦੇ ਰਹਿੰਦੇ ਇੱਧਰ ਉੱਧਰ, ਹੈ ਨਾ, ਅਤੇ ਉਹ ਰੱਖ ਰੱਖ ਹੀ ਰਹੇ ਸੀ, ਹੈ ਨਾ, ਮੈਂ ਗੁਰਗੀਰ ਤੋਂ ਉਹਨਾਂ ਨੂੰ ਕਿਹਾ, ਮੈਂ ਕਿਹਾ
ਵੀ ਗੜਬੜ ਆ ਥੋੜ੍ਹੀ ਜਿਹੀ। ਤਿੰਨ ਮੁੰਡੇ ਸੀ? ਹਾਂ ਅਸੀਂ ਤਿੰਨ ਮੁੰਡੇ ਸੀਗੇ। ਮੈਂ ਕਿਹਾ ਕੰਮ ਕਰੋ ਵੀ ਮੈਂ ਸਾਈਡ 'ਚ ਹੁੰਦਾ ਵੀ ਤੁਸੀਂ ਪਹਿਲਾਂ ਨਿਕਲੋ ਦੋਨੋਂ ਜਣੇ ਬਾਹਰ, ਹੈ ਨਾ, ਜੇ ਫੜਨਗੇ ਵੀ ਤੁਸੀਂ ਤਾਂ ਵੀ ਘੱਟੋ ਘੱਟ ਸੇਫ ਹੋਵੋਗੇ, ਹੈ ਨਾ। ਅਤੇ ਉਹ ਨਿਕਲ ਗਏ ਬਾਹਰ, ਬਟ ਉਹ ਜਾ ਕੇ ਉਹ ਜਿੱਥੇ ਬਾਹਰ ਜਾ ਕੇ ਟੈਕਸੀ ਆ ਨਾ ਉੱਥੋਂ ਚੱਕੇ, ਅਤੇ ਮੈਨੂੰ ਇਹ ਸੀਗਾ ਵੀ ਸ਼ਾਇਦ ਕ੍ਰੋਸ ਕਰ ਗਏ, ਹੈ ਨਾ, ਵੀ ਸੇਫ ਆ ਰਸਤਾ, ਹੈ ਨਾ। ਅਤੇ ਮੈਂ ਨਿਕਲਿਆ, ਉਹਨੇ ਨਾਲ ਦੇ ਨਾਲ ਮੈਨੂੰ ਚੱਕ ਲਿਆ, ਚੱਲਿਆ ਕੇ ਆਪਣਾ ਇੱਥੇ CIA 'ਚ ਲੈ ਕੇ ਆ ਗਏ, ਹੈ ਨਾ। ਅਤੇ ਗੱਡੀਆਂ ਮੇਰੇ ਖਿਆਲ 'ਚੋਂ ਅਸੀਂ ਟਾਈਮ ਦੇਖਿਆ 34 ਮਿੰਟ 'ਚ ਉਹਨਾਂ ਨੇ ਮੋਹਾਲੀ ਏਅਰਪੋਰਟ ਤੋਂ ਗੱਡੀ ਲਾਤੀ ਸੀ ਇੱਥੇ ਅੰਬਾਲੇ CIA 34 ਮਿੰਟ ਦੇ ਅੰਦਰ। ਬਹੁਤ ਸਪੀਡ 'ਚ ਗੱਡੀਆਂ ਆਈਆਂ ਉਹਨਾਂ ਦੀਆਂ, ਹੈ ਨਾ। ਕਿੰਨੇ ਕਿੰਨੇ ਪੁਲਿਸ ਮੁਲਾਜ਼ਮ ਸੀ? ਬਹੁਤ ਸੀਗੀਆਂ ਮੇਰੇ ਖਿਆਲ 10-12 ਗੱਡੀਆਂ ਸੀਗੀਆਂ। ਅਤੇ ਜਿਹੜਾ ਰਿਮਾਂਡ ਰੂਮ ਸੀਗਾ ਉਹਦੇ ਅੰਦਰ ਸੀਗੇ 45 ਮੁੰਡੇ ਦਾ, ਜਿਹੜੇ ਮਤਲਬ CIA ਵਾਲੇ ਸੀਗੇ, ਉਹਨਾਂ ਨੇ ਮੇਰਾ ਰਿਮਾਂਡ ਕੀਤਾ ਉੱਥੇ। ਤਾਂ 45-50 ਮੁੰਡੇ ਸੀਗੇ, ਅਤੇ ਬਾਕੀ ਉਹ ਜਿਹੜੇ ਕਮਾਂਡੋ ਵਾਲੀ ਵਰਦੀ ਵੁਰਦੀ 'ਚ ਹੁੰਦੇ ਨੇ ਮੁੰਡੇ, ਜਿਹਨਾਂ ਦੀ ਫੋਰਸੀ ਸੀਗੀਆਂ, ਅਤੇ ਉਹ ਸੀਗੇ। ਅਤੇ 40-45 ਤਾਂ ਉਹੀ ਸੀਗੇ, ਹੈ ਨਾ, ਬਾਕੀ ਬਾਹਰ ਸੀਗੇ। ਗੱਡੀਆਂ ਬਹੁਤ ਸੀਗੀਆਂ, ਪਰ 10-12 ਗੱਡੀਆਂ ਸੀਗੀਆਂ। ਮੋਹਾਲੀ ਏਅਰਪੋਰਟ ਤੋਂ ਲੈ ਕੇ ਆਏ ਤਾਂ ਲੈ ਕੇ ਆਉਂਦੇ ਸਾਰੀ CIA ਸਟਾਫ? ਹਾਂ, ਸਿੱਧਾ ਰਿਮਾਂਡ ਰੂਮ 'ਚ। ਹਾਂ, ਸਿੱਧਾ ਰਿਮਾਂਡ ਰੂਮ। ਤਾਂ ਰਸਤੇ ਦੇ ਵਿੱਚ ਕੋਈ ਗੱਲਬਾਤ ਹੋਈ ਕੋਈ ਤੁਹਾਡੇ? ਗੱਲਬਾਤ ਬਸ ਉਹਨੇ ਮੇਰਾ ਫੋਨ ਲੈ ਲਿਆ ਮੈਥੋਂ, ਹੈ ਨਾ। ਅਤੇ ਉਹ ਤੋਂ ਬਾਅਦ ਬਸ ਉਹਨੇ ਚੈਕਿੰਗ ਚੁਕਿੰਗ ਕੀਤੀ ਵੀ ਹੈੱਡਫੋਨ ਤਾਂ ਨਹੀਂ ਲੱਗੇ ਹੋਏ, ਪੱਗ ਬੰਨ੍ਹੀ ਹੋਈ ਸੀਗੀ। ਅਤੇ ਬਸ ਲਿਆ ਕੇ ਉਹਨੂੰ ਕਹਿੰਦੇ ਵੀ ਹਾਂ ਵੀ ਪੱਗ ਖੋਲ੍ਹ ਦਿਉ ਅਤੇ ਕੱਪੜੇ ਉਤਾਰ ਦਿਉ, ਹੈ ਨਾ, ਸਾਰੇ ਕੱਪੜੇ ਉਤਾਰ ਦਿਉ। ਅਤੇ ਵੀ ਆਪਣਾ ਜਿਵੇਂ ਜਿਵੇਂ ਉਹਨਾਂ ਨੇ ਕਿਹਾ ਬਸ ਫਿਰ ਉਹਨਾਂ ਨੇ ਆਪਣਾ ਸਿੱਧਾ ਹੀ ਰਿਮਾਂਡ ਰੂਮ 'ਚ ਰਹਿ ਗਏ। ਉਹਨੇ ਕਿਤੇ ਨਹੀਂ ਮੈਨੂੰ ਇੱਧਰ ਉੱਧਰ ਕੀਤੇ, ਵੀ ਸਿੱਧਾ ਰਿਮਾਂਡ ਰੂਮ ਦੇ ਅੰਦਰ ਲੈ ਗਏ ਮੈਨੂੰ। ਬਸ ਉੱਥੇ ਉਹਨਾਂ ਨੇ ਆਪਣਾ ਫਿਰ ਰਿਮਾਂਡ ਸਟਾਰਟ ਕਰ ਦਿੱਤਾ। ਰਿਮਾਂਡ ਦੇ ਵਿੱਚ ਕੀ ਉਹਨੇ ਰਿਮਾਂਡ ਦੇ ਵਿੱਚ ਉਹਨੇ ਪੁੱਛਗਿੱਛ ਕੀਤੀ ਕਿ ਸਿੱਧਾ? ਨਾ, ਬਸ ਉਹਨਾਂ ਨੇ ਸਿੱਧਾ 40-45 ਸੀਗੇ ਉਹ, ਹੈ ਨਾ। ਅੱਛਾ। ਅਤੇ ਇੱਕ ਤੁਸੀਂ ਪਹਿਲਾਂ ਦੇਖੀ ਹੋਣੀ ਵੀਡੀਓ, ਕਰਨਾਲ ਇੱਕ ਸਰਦਾਰ ਸੀਗੇ, ਸਰਦਾਰ ਜੀ ਸੀਗੇ ਹਰਜਿੰਦਰ ਖਹਿਰਾ, ਹਾਂ, ਜਿਹਨੇ ਲਾਠੀਚਾਰਜ ਕੀਤਾ ਸੀ। ਹਾਂ, ਉਹ ਕੁਰਸੀ ਡਾਹ ਕੇ ਬੈਠ ਗਏ ਐਵੇਂ ਜਿਵੇਂ ਅਸੀਂ ਬੈਠੇ ਹਾਂ, ਅਤੇ ਉਹ ਕਹਿੰਦਾ ਵੀ ਬੰਨ੍ਹ ਲਓ ਇਹਦੇ ਹੱਥ ਪੈਰ ਬੰਨ੍ਹ ਲਓ, ਹੈ ਨਾ। ਅੱਛਾ। ਹੱਥ ਪੈਰ ਬੰਨ੍ਹ ਕੇ ਫਿਰ ਉਹਨੇ ਚਿੱਡੇ ਚੁੱਡੇ ਪਾੜੇ ਉੱਥੇ, ਅਤੇ ਕਰਿਆ ਉਹਨੇ ਜਿੰਨਾ ਕੁ ਉਹਨਾਂ ਤੋਂ ਪੂਰਾ ਉਹਨੇ ਆਪਣੀ ਵਾਹ ਲਾਈ ਉੱਥੇ, ਹੈ ਨਾ, ਵੀ ਤੂੰ ਜ਼ਿਆਦਾ ਬੋਲਦਾ, ਤੈਨੂੰ ਇਹ ਫਲਾਣਾ ਟਮਕਾਉਣਾ, ਹੈ ਨਾ। ਵੀ ਮੈਂ ਕਿਹਾ ਵੀ ਸੱਚ ਹੱਕ ਦੀ ਲੜਾਈ ਹੈ, ਹੈ ਨਾ, ਵੀ ਸੱਚ ਹੱਕ ਦੀ ਲੜਾਈ ਹੈ, ਵੀ ਤਾਂ ਲੜਨੀ ਹੈ, ਹੈ ਨਾ, ਵੀ ਤੂੰ ਜ਼ਿਆਦਾ ਹੀਰੋ ਬਣਦਾ ਆ, ਐਵੇਂ ਆ, ਉਵੇਂ ਆ। ਮੈਂ ਕੀਤਾ ਉਹਨਾਂ ਦੇ ਉੱਥੇ ਜਿੰਨਾ ਵੀ ਉਹਨਾਂ ਕੋਲ ਤਸੱਦਦ ਹੋਇਆ, ਅਤੇ ਫਿਰ ਉਹ ਪਾਣੀ ਪੂਣੀ 'ਚ ਮੂੰਹ ਡਬਾਉਣੇ, ਮਤਲਬ ਵੀ ਹਾਂ ਦੱਸੋ ਸਾਨੂੰ ਕੌਣ ਕੌਣ ਸੀਗੇ ਤੁਹਾਡੇ ਨਾਲ ਜੀ, ਅਤੇ ਪੁੱਛਗਿੱਛ ਕਰਦੇ ਜੀ। ਫਿਰ ਅਗਲੇ ਦਿਨ ਇਹਨਾਂ ਨੇ ਮੇਰਾ ਰਿਮਾਂਡ ਲੈ ਲਿਆ 2 ਦਿਨ ਦਾ। ਫਿਰ ਉੱਪਰੋਂ NIA ਵਾਲੇ ਆਏ ਸੀ, CBI ਵਾਲੇ, ਉਹ ਸਵੇਰੋਂ ਇੰਟਰੋਗੇਸ਼ਨ ਕਰਨ ਲੱਗ ਜਾਂਦੇ ਸੀਗੇ, ਬਿਠਾ ਕੇ ਸਵੇਰ ਤੋਂ ਲੈ ਕੇ ਸ਼ਾਮ ਹੋ ਜਾਂਦੀ ਸੀਗੀ। ਪੁੱਛਦੇ ਰਹਿੰਦੇ ਸੀਗੇ ਐਵੇਂ ਉਲਝਾਲ ਜਾ ਕੇ, ਹੈ ਨਾ, ਵੀ ਪੈਸਾ ਕਿੱਥੋਂ ਆਉਂਦਾ, ਇਹ ਕਿੱਥੇ ਆਉਂਦਾ, ਫੰਡਿੰਗ ਕਿੱਥੋਂ ਆਉਂਦੀ ਆ, ਕਿੰਨੇ ਪੈਸੇ ਆ, ਨਿਕਲਿਆ ਨਹੀਂ ਇਹਨਾਂ ਕੋਲ ਕੁਛ ਵੀ, ਸਾਰਾ ਲਾ ਰਹੇ ਨੇ, ਮੇਰੇ ਅਕਾਊਂਟ ਲੈ ਲਏ ਮੇਰੇ ਤੋਂ ਸਾਰੇ ਦੇ ਸਾਰੇ, ਸਭ ਕੁਝ ਕਰਿਆ ਇਹਨਾਂ ਨੇ, ਹੈ ਨਾ। ਮੈਡੀਕਲ ਮੇਰਾ ਉੱਥੇ ਹੀ ਕਰਾ ਲੈਂਦੇ ਸੀਗੇ CIA ਦੇ ਅੰਦਰ ਰਾਤ ਨੂੰ, ਹੈ ਨਾ, ਕੋਈ ਸਿਰ ਲੈ ਕੇ ਨਹੀਂ ਜਾਣਾ, ਆਪਣੇ ਆਪ ਹੀ ਸਾਈਨ ਕਰ ਦੇਣੇ ਵੀ ਮੈਡੀਕਲ ਹੋ ਗਿਆ ਇਹਨਾਂ ਦਾ, ਹੈ ਨਾ, ਠੀਕ ਹੈ। ਅਤੇ ਬਸ ਆਪਣਾ ਉਹਨਾਂ ਨੇ ਫਿਰ ਸਾਰੀ ਪੁੱਛਤਾਛ ਕੀਤੀ, ਪਰ ਨਿਕਲਿਆ ਨਹੀਂ ਇਹਨਾਂ ਕੋਲ ਕੁਛ ਵੀ, ਹੈ ਨਾ, ਕੇਸ ਜਿਹੜੇ ਇਹਨਾਂ ਨੇ ਝੂਠੇ ਬਣਾਏ ਸਾਰੇ ਦੇ ਸਾਰੇ, ਹੈ ਨਾ, ਕਿਉਂਕਿ ਸਾਡੀ ਕੋਈ ਸਮੂਹਲੀਅਤ ਹੈਗੀ ਨਹੀਂ ਸੀ ਮਾਰਨ 'ਚ ਕਿਸੇ ਨੂੰ, ਹੈ ਨਾ। ਅਸੀਂ ਤਾਂ ਆਪਣੇ ਇੱਕ ਪ੍ਰੋਟੈਕਟ ਸੀਗੇ, ਇਹਨਾਂ ਨੇ ਸਾਰੇ ਸੰਭੂ ਬਾਰਡਰ ਦੇ ਵੀ ਇਹਨਾਂ ਨੇ ਕਿੰਨੀ ਜਿੰਨੀ ਵੀ ਤਸੱਦਦ ਕੀਤੀ ਸਾਡੇ ਮੁੰਡੇ ਤੋਂ, ਅਸੀਂ ਤਾਂ ਇਹਨਾਂ ਨਾਲ ਤਸੱਦਦ ਅਜੇ ਕੀਤੀ ਨਹੀਂ, ਅਜੇ ਅਸੀਂ ਹੱਥ ਤੱਕਿਆ ਨਹੀਂ, ਠੀਕ ਹੈ। ਅਸੀਂ ਤਾਂ ਹਾਂ ਵੀ ਜ਼ਰੂਰ ਪ੍ਰੋਗਰਾਮ ਜ਼ਰੂਰ ਲੈ ਕੇ ਆਏ ਨੇ ਉੱਥੇ, ਹੈ ਨਾ, ਉਹ ਵੀ ਬੈਰੀਗੇਟ ਤੋੜਨ ਵਾਸਤੇ, ਨਾ, ਕਿਸੇ ਨੂੰ ਮਾਰਨ ਵਾਸਤੇ ਨਹੀਂ ਸੀਗੇ। ਅਤੇ ਅੱਜ ਵੀ ਸ਼ਾਇਦ ਮੇਰੇ ਖਿਆਲ ਤੋਂ ਜਿਹੜੀ ਉਹਦੀ ਜੱਜ ਦੀ ਮੇਰੇ ਖਿਆਲ ਜਿਹੜੀ ਉਹਨਾਂ ਨੇ ਡਿਸੀਜਨ ਦਿੱਤਾ ਹੋਈ, ਇਹੀ ਕਹਿ ਕੇ ਦਿੱਤਾ ਵੀ ਇਹੋ ਜਿਹੇ ਇਹਨਾਂ ਨੇ ਮੇਰੇ 16 ਕੇਸ ਬਣਾਏ ਹੋਏ ਨੇ ਜੀ, ਵੀ ਇੱਕੇ ਤਰੀਕੇ ਦੇ ਬਣਾਏ ਹੋਏ ਸੀਗੇ, 4-307 ਲਾਈਆਂ ਹੋਈਆਂ ਸੀਗੀਆਂ, ਅਤੇ ਬਾਕੀ ਹੋਰ ਸੀਗੇ ਛੋਟੇ ਮੋਟੇ ਪਿਛਲੇ ਅੰਦੋਲਨ ਵਾਲੇ ਵੀ ਪਾਤੇ, 16 ਕੇਸ ਮੇਰੇ ਕੋਲ ਸ਼ਾਇਦ ਟੋਟਲ ਸੀਗੇ। ਅਤੇ ਅੱਜ ਉਹਨਾਂ ਦੀ ਸਟੇਟਮੈਂਟ ਆਈ ਵੀ ਹਾਂ ਵੀ ਤਕਰੀਬਨ 1 ਜੇ ਕੇਸ ਨੇ ਅੰਬਾਲੇ ਦੇ ਅੰਦਰ ਹੋਏ ਹੋਏ, ਵੀ ਇਹ ਲੱਗਦਾ ਵੀ ਸ਼ਾਇਦ ਸਾਰੇ ਕੇਸ ਝੂਠੇ ਪਾਏ ਝੂਠੇ ਪਾਏ ਹੋਏ ਆ, ਬਿਲਕੁਲ। ਜੱਜ ਦੀ ਇਹ ਜੱਜਮੈਂਟ ਵੀ ਹੈਗੀ ਹੈ ਆਰਡਰ ਦੀ ਕਾਪੀ ਦੇ ਵਿੱਚ ਸੀਗਾ। ਤਾਂ ਨਵਦੀਪ, ਜਦੋਂ 28 ਤਰੀਕ ਨੂੰ ਇੱਥੇ CIA ਲਿਆ ਦਿੰਦੇ ਨੇ, ਉਹ ਇੱਥੇ ਲੈ ਕੇ ਤੁਹਾਨੂੰ ਆਏ, ਰਿਮਾਂਡ ਲਿੱਤਾ, ਤਸ਼ੱਦਦ ਉਹਨਾਂ ਨੇ ਕੀਤਾ ਤੁਹਾਡੇ ਦੇ ਉੱਤੇ, ਚੱਡੇ ਤੱਕ ਪਾੜੇ, ਬਰਫ਼ ਦੀ ਸਿੱਲਾਂ ਦੇ ਉੱਤੇ ਵੀ ਲਟਾਇਆ, ਸਭ ਕੁਛ ਕਰਿਆ ਬਾਬਾ ਜੀ, ਜੋ ਜੋ ਇਹਨਾਂ ਤੋਂ ਹੋਇਆ ਇਹਨਾਂ ਨੇ ਸਭ ਕੁਛ ਕਰਿਆ।
ਇੰਨੀ ਬਾਹਰ ਲੱਗੀ ਹੈ ਨਾ, ਆਪਣੀ ਮੂੰਹ ਪਾਣੀ 'ਚ ਡੁਬੋ ਕੇ ਰੱਖਣਾ, ਸਾਹ ਨਹੀਂ ਆਉਣ ਦੇਣਾ ਖਾਸੀ ਖਾਸੀ ਦੇਰ, ਅਤੇ ਸਭ ਕੁਛ ਕਰਦੇ ਨੇ ਜੋ ਇਹਨਾਂ ਤੋਂ ਹੁੰਦਾ ਉਹ ਸਭ ਕੁਛ ਕਰਦੇ ਨੇ। ਉਹ ਠੀਕ ਆ, ਵਾਹਿਗੁਰੂ ਦਾ ਓਟ ਆਸਰਾ ਹਮੇਸ਼ਾ ਨਾਲ ਹੀ ਰਿਹਾ, ਅਸੀਂ ਤਾਂ ਵੀ ਉਹਦੇ 'ਤੇ ਡੋਰਾਂ ਛੱਡੀਆਂ ਹੋਈਆਂ ਨੇ, ਉਹਦੇ ਹੁਕਮ 'ਚ ਰਹਿੰਦੇ ਵੀ ਹਾਂ। ਪਹਿਲਾਂ ਵੀ ਬਥੇਰੀ ਤਸੱਦਦ ਕੌਮ ਨੇ ਝੱਲੀ ਹੋਈ ਆ, ਠੀਕ ਹੈ, ਉਹਨਾਂ ਤੋਂ ਵੀ ਸਾਡੇ ਕੋਲ ਇਗਜ਼ਾਮਪਲ ਹੈਗੇ ਨੇ, ਹੈ ਨਾ, ਕੀ ਨਹੀਂ ਸਾਡੇ ਕੌਮ ਨਾਲ ਹੋਇਆ, ਹੈ ਨਾ। ਠੀਕ ਹੈ, ਜੇ ਅਸੀਂ ਨਾਲੇ ਸਕੂਨ ਮਿਲਦਾ, ਹੈ ਨਾ, ਕੌਮ ਪਿੱਛੇ ਇਹ ਚੀਜ਼ਾਂ ਕਰਕੇ, ਹੈ ਨਾ, ਵੀ ਅਸੀਂ ਆਪਣੀ ਕੌਮ ਕਹਿੰਦੇ ਨਹੀਂ ਸੀ, ਕੁਛ ਕਹਿ ਵੀ ਰਹੇ ਸੀ ਕਿ ਤੂੰ ਜ਼ਿਆਦਾ। ਹਾਂ, ਬਸ ਇਹੀ ਇਹੀ ਕੁੰਦਕ ਸੀ, ਜਦ ਕੋਈ ਮਾਫ਼ੀ ਮੰਗ, ਮਾਫ਼ੀ ਕੁਛ ਮੰਗਣ ਨੂੰ ਕਹਿੰਦੇ ਨਹੀਂ, ਮਾਫ਼ੀ ਮੂਫੀ ਵਾਲੀ ਤਾਂ ਨਹੀਂ ਕੋਈ ਗੱਲ ਸੀਗੀ, ਅਤੇ ਮਾਫ਼ੀ ਮੂਫੀ ਵਾਲੀ ਤਾਂ ਖੈਰ ਕੋਈ ਗੱਲ ਨਹੀਂ ਹੋਈ ਐਵੇਂ ਦੀ, ਬਸ ਇਹੀ ਸੀਗਾ, ਉਹਨੂੰ ਖੁੰਦਕ ਸੀਗੀ, ਪਤਾ ਨਹੀਂ ਕਿਉਂ, ਵੀ ਹਾਂ ਵੀ ਵੀ ਉਹ ਪਤਾ ਕੀ ਸੋਚਦੇ ਨੇ ਵੀ ਸਾਨੂੰ ਨਾ ਕੰਮ ਹੀ ਨਾ ਕਰਨਾ ਪਵੇ, ਹੈ ਨਾ, ਵੀ ਇਹਨਾਂ ਨੇ ਸਾਡੀ ਡਿਊਟੀਆਂ ਲੱਗੀਆਂ ਹੋਈਆਂ ਨੇ, ਉਹਨਾਂ ਸਾਡੀ ਭੱਜ ਦੌੜ ਹੋ ਰਹੀ ਹੈ, ਐਵੇਂ ਉੱਪਰੋਂ ਸਾਨੂੰ ਲਤਾੜਾਂ ਪੈਂਦੀਆਂ ਨੇ, ਹੈ ਨਾ, ਕੁਛ ਫਿਰ ਫਿੱਤੀਆਂ ਦਾ ਚੋਂ ਹੁੰਦਾ ਕਈਆਂ ਨੂੰ। ਹੁਣ ਜਦੋਂ ਇੱਥੇ ਸੀਗਾ ਮੇਰੇ ਖਿਆਲ ਨਾਲ ਇਹ ਕਰਨਾਲ ਸੀਗਾ ਜੋ ਹਰਿੰਦਰ ਖਹਿਰਾ, ਉਦੋਂ ਘੱਟ ਪੋਸਟ ਸੀਗਾ, ਅਤੇ ਲਾਠੀ ਚਾਰਜ ਕਰਕੇ ਇੱਥੇ ਆਪਣਾ ਇੰਸਪੈਕਟਰ ਬਣ ਗਿਆ, ਮੇਰੇ ਖਿਆਲ ਸੀ ਆਈ ਇੰਸਪੈਕਟਰ ਬਣ ਕੇ ਆਇਆ ਸੀ ਹੁਣ ਇੱਥੇ, ਹੈ ਨਾ, ਅਤੇ ਹੁਣ ਫਿੱਤੀਆਂ ਦਾ ਚੋਅ ਹੈ ਨਾ, ਵੀ ਫਿੱਤੀਆਂ ਵਧਣਗੀਆਂ, ਹੈ ਨਾ, ਵੀ ਹਾਂ, ਅਤੇ ਵੀ ਨਵਦੀਪ ਫੜ ਲਿਆ, ਹੈ ਨਾ, ਉਹਦੀ ਸਦਤ ਕੀਤੀ ਆ, ਅਤੇ ਉੱਤੋਂ ਜਿਹੜਾ ਗ੍ਰਹਿ ਵਿਭਾਗ ਸੀਗਾ ਉਹ ਨੈਬ ਸੈਣੀ ਕੋਲ ਆ ਗਿਆ ਸੀਗਾ, ਹੈ ਨਾ, ਅਤੇ ਇਹਨੂੰ ਇਹ ਸੀਗਾ ਵੀ ਮੈਂ ਆਪਣਾ ਨੰਬਰ ਬਣਾਵਾਂ ਮੁੱਖ ਮੰਤਰੀਆਂ ਦੇ ਅੱਗੇ, ਕਿਉਂਕਿ ਸਾਡੀ ਨੈਬ ਸੈਣੀ ਨਾਲ ਥੋੜ੍ਹੀ ਲਾਗ ਡਰ ਚੱਲਦੀ ਹੈ ਨਾ, ਜਦੋਂ ਇਹਨਾਂ ਨੇ ਸਾਡੇ 302 ਦਾ ਝੂਠਾ ਮੁਕਦਮਾ ਕੀਤਾ ਸੀਗਾ, ਇਹ ਕਾਨੂੰਨਾਂ ਦੇ ਸਮਰਥਨ 'ਚ ਨੈਬ ਸੈਣੀ ਜਦੋਂ ਮੁੱਖ ਮੰਤਰੀ ਬਣਿਆ, ਜਿਹੜਾ ਹੁਣ ਰੈਲੀ ਕਰਨ ਆਇਆ ਸੀ, ਹੈ ਨਾ, ਅਤੇ ਅਸੀਂ ਉੱਥੇ ਇਹਨਾਂ ਦਾ ਵਿਰੋਧ ਕੀਤਾ ਸੀ, ਵਿਰੋਧ ਵੀ ਬਹੁਤ ਜ਼ਿਆਦਾ ਕੀਤਾ ਸੀ ਉੱਥੇ, ਕਿ ਇਹਨਾਂ ਦੇ ਨਾਲ ਆਇਆ ਹੋਇਆ ਮਰ ਗਿਆ ਸੀਗਾ ਹਾਰਟ ਅਟੈਕ ਨਾਲ, ਅਤੇ ਸਾਡੇ 'ਤੇ ਪਾਤਾ ਸੀ ਇਹਨਾਂ ਨੇ ਵੀ ਇਹਨਾਂ ਨੇ ਪੱਥਰ ਮਾਰ ਕੇ ਮਾਰਿਆ, 302 ਦਾ ਝੂਠਾ ਮਰ ਚੱਕ ਰਿਹਾ ਸੀ, ਪਰ ਉਹ ਰੱਦ ਹੋ ਗਿਆ ਸੀ ਉਦੋਂ ਟਾਈਮ, ਤਾਂ ਇਹਦੇ ਨਾਲ ਵੀ ਹੈਗਾ ਸੀਗਾ, ਤਾਂ ਇਹਨੂੰ ਇਹ ਸੀਗਾ ਫਿੱਤੀਆਂ ਦੇ ਚੋਂ ਹੁੰਦੇ ਨੇ, ਪਰ ਬਾਬਾ ਜੀ ਕੀ ਕਰਨੀ ਇਹੋ ਜਿਹੀਆਂ ਫਿੱਤੀਆਂ, ਹੈ ਨਾ, ਕੌਮ ਨਾਲ ਗਦਾਰੀ ਕਰਕੇ ਕੀ ਕਰੋਗੇ ਇਹੋ ਜਿਹੀਆਂ ਫਿੱਤੀਆਂ, ਤੋਂ ਵਾਹਿਗੁਰੂ ਦੇ ਦਰ 'ਤੇ ਨਹੀਂ ਫਿੱਤੀਆਂ ਚੱਲਦੀਆਂ, ਉੱਥੇ ਤਾਂ ਫਿੱਤੀਆਂ ਗਿਰਦੀਆਂ ਨੇ, ਠੀਕ ਹੈ, ਉੱਥੇ ਤਾਂ ਲਿਖੇ ਜਾਂਦੇ ਨੇ ਵੀ ਹਾਂ ਇਹਨੇ ਕਿਹੜਾ ਆਪਣੀ ਕੌਮ ਨਾਲ ਖੜਿਆ, ਕਿਹੜੇ ਨੇ ਕੌਮ ਨਾਲ ਗਦਾਰੀ ਕੀਤੀ ਹੈ, ਹੈ ਨਾ, ਠੀਕ ਹੈ। ਹੁਣ ਉਹਦੇ ਕੋਲ ਵੀ ਜ਼ਮੀਨ ਜਾਇਦਾਦ ਚੰਗੀ ਆ, ਇੱਥੇ ਲੁੱਕੀ ਪਿੰਡ ਆ ਉਹਦਾ, ਠੀਕ ਹੈ, ਵੀ ਕਿਹਦੀ ਤੁਹਾਡੀ ਸਾਰਿਆਂ ਦੀ ਲੜਾਈ ਲੜ ਰਹੇ ਹਾਂ ਅਸੀਂ, ਹੈ ਨਾ। ਹੁਣ ਗੱਲ ਨਸਲਾਂ 'ਤੇ ਆਈ ਹੋਈ, ਉਹੀ ਗੱਲ ਹੈ ਕਿ ਇਹ ਲੋਕਾਂ ਨੂੰ ਜਾਂ ਇਹਨਾਂ ਨੂੰ ਐਂ ਲੱਗਦਾ ਸੀ ਕਿ ਇਹ ਲੜਾਈ ਇਕੱਲੇ ਨਵਦੀਪ ਦੀ ਹੈ, ਕਿ ਇਕੱਲੀ MSP ਨਵਦੀਪ ਨੂੰ ਮਿਲ ਜੂਗੀ। ਹਾਂ ਵੀ ਦੱਸੋ ਵੀ, ਹੈ ਨਾ, ਵੀ ਮੇਰੀ ਕਿਹੜਾ ਇਕੱਲੇ ਦੀ ਲੜਾਈ ਹੈ, ਹੁਣ ਕਿਸੇ ਨੂੰ ਤਾਂ ਲੜਨੀ ਪਊਗੀ ਅੱਗੇ ਹੋ ਕੇ, ਹੈ ਨਾ, ਜੇ ਹੁਣ ਸਾਰੇ ਸੋਚੇ ਵੀ ਅਸੀਂ ਵੀ ਘਰੇ ਬੈਠ ਜੇ, ਅਸੀਂ ਵੀ ਘਰੇ ਬੈਠ ਜੇ, ਫਿਰ ਲੜਾਈ ਕੌਣ ਲੜੂਗਾ, ਹੈ ਨਾ, ਕਿਸੇ ਨੂੰ ਤਾਂ ਲੜਨੀ ਪਊਗੀ ਨਾ, ਅਤੇ ਬਸ ਇਹਨਾਂ ਨੂੰ ਇਹ ਹੁੰਦਾ ਸੀਗਾ ਵੀ ਹਾਂ ਤੂੰ ਕਿਉਂ ਵੀ ਤੂੰ ਠੇਕਾ ਲੈ ਲਿਆ, ਤੂੰ ਐਂ ਤੂੰ ਵੀ ਤੂੰ ਕਿਉਂ ਬੋਲਦਾ, ਹੈ ਨਾ, ਸਟੇਜਾਂ 'ਤੇ ਚੜ੍ਹ ਚੜ੍ਹ ਕੇ ਐਵੇਂ ਕਿਉਂ ਬੋਲਦਾ, ਐਵੇਂ ਕਿਉਂ ਬੋਲਦਾ, ਹੈ ਨਾ। ਹੁਣ ਵੀ ਜੋ ਵਾਹਿਗੁਰੂ ਅਸੀਂ ਸੋਚਦੇ ਵੀ ਭਾਸ਼ਣ ਭੂਸ਼ਣ ਦਾ ਫਿਰ ਸਾਨੂੰ ਪਤਾ ਵੀ ਸਾਨੂੰ ਕਿੰਨੇ ਕੁ ਦੇਣੇ ਆਉਂਦੇ ਨੇ, ਸਾਡੇ ਤਾਂ ਮੂੰਹ ਤਾਂ ਵਾਹਿਗੁਰੂ ਕਢਵਾਉਂਦਾ, ਜੋ ਕੁਛ ਵੀ ਕਢਵਾਉਂਦਾ, ਹੈ ਨਾ, ਪਹਿਲੇ ਦਮ ਤੋਂ, ਹੈ ਨਾ, ਮੇਰੇ ਤਾਂ ਅੱਜ ਵੀ ਸਟੇਜ 'ਤੇ ਚੜ੍ਹਦੇ ਆ ਟੰਗਾਂ ਕੰਬਦੀਆਂ ਨੇ, ਹੈ ਨਾ, ਬੋਲਣ ਤੋਂ ਪਹਿਲਾਂ ਵੀ, ਅਤੇ ਵਾਹਿਗੁਰੂ ਕਢਾਉਣ ਵਾਲਾ ਮੂੰਹ 'ਚ, ਹੈ ਨਾ, ਜੋ ਕੁਛ ਵੀ ਕਢਾਉਂਦੇ ਨੇ, ਪਰ ਠੀਕ ਹੈ, ਸਾਨੂੰ ਬਸ ਸਾਨੂੰ ਸਕੂਨ ਬਹੁਤ ਆ ਵੀ ਯਾਰ ਅਸੀਂ ਆਪਣੀ ਕੌਮ ਦੇ ਕੰਮ ਲੱਗੇ ਹੋਏ, ਕਿਸਾਨੀ ਕੌਮ ਦੇ, ਅਤੇ ਜਿੰਦ ਲੇਖੇ ਲੱਗੇ, ਹੈ ਨਾ, ਸਿੱਖ ਕੌਮ ਦੇ ਲੱਗੇ ਜਾਂ ਕਿਸਾਨੀ ਕੌਮ ਦੇ ਲੱਗੇ, ਤਾਂ ਅਸੀਂ ਤਾਂ ਦੇਣਾ ਨਹੀਂ ਦੇ ਸਕਦੇ, ਅਸੀਂ ਧੰਨਵਾਦ ਵੀ ਕਰਦੇ ਹਾਂ ਤੁਹਾਡੇ ਰਾਹੀਂ ਵੀ ਬਹੁਤ ਸੰਘਰਸ਼ ਕੀਤਾ, ਹੈ ਨਾ, ਇੱਕ ਮਹੀਨੇ ਤੋਂ ਸਾਡੀਆਂ ਮਾਵਾਂ ਭੈਣਾਂ ਉੱਥੇ ਬੈਠੀ ਰਹੀਆਂ, ਰੇਲਵੇ ਟਰੈਕ, ਹੈ ਨਾ, ਮੇਰੇ ਖਿਆਲ ਇਤਿਹਾਸ 'ਚ ਕਿਸੇ ਦੀ ਰਿਹਾਈ ਵਾਸਤੇ ਇੰਨਾ ਟਾਈਮ ਰੇਲਵੇ ਟਰੈਕ ਵੀ ਬੰਦ ਰਹੇ। ਉਹੀ ਪੁੱਛ ਰਿਹਾ ਸੀਗਾ ਕਿ ਜਦੋਂ 28 ਨੂੰ ਲੈ ਕੇ ਆਏ ਔਰ ਰਿਮਾਂਡ ਲਿੱਤਾ, ਅਤੇ ਘਰਦਿਆਂ ਨੂੰ 30 ਨੂੰ ਇਨਫੋਰਮ ਕੀਤਾ ਜਾਂਦਾ, 2 ਦਿਨਾਂ ਬਾਅਦ ਪਤਾ ਚੱਲਦਾ ਕਿ ਨਵਦੀਪ ਹੈ ਕਿੱਥੇ। ਹਾਂ, ਮਤਲਬ ਲਾ ਲਓ ਵੀ 28 ਨੂੰ ਤਾਂ ਇਹਨਾਂ ਨੇ ਕਰਿਆ, ਹੈ ਨਾ, 29 ਨੂੰ ਪੇਸ਼ ਕੀਤਾ, 29 ਨੂੰ ਮੇਰੇ ਤੋਂ ਰਿਮਾਂਡ ਇਹਨਾਂ ਨੇ ਪਹਿਲਾਂ ਹੀ ਲੈ ਲਿਆ ਸੀਗਾ, ਮਤਲਬ ਪੇਸ਼ ਕਰਨ ਤੋਂ ਪਹਿਲਾਂ ਰਿਮਾਂਡ ਤੋਂ, ਫਿਰ ਬਾਅਦ 'ਚ ਤਾਂ ਇਹਨਾਂ ਨੂੰ ਉਹ ਸੀਗਾ ਵੀ ਹਾਂ NIA ਉੱਥੇ CBI ਉਹ ਪੁੱਛ ਗਈ ਉਦੋਂ ਸੂਰਤ 'ਚ ਸੀ ਤੁਸੀਂ, ਮਤਲਬ ਕਿ ਨਹੀਂ ਸੂਰਤ 'ਚ, ਨਾ 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 ਸੂਰਤ 'ਚ ਤਾਂ ਰਹਿੰਦੇ ਸੀਗੇ, ਅਤੇ ਕੋਈ ਨਾਮ ਜਪਦੇ ਸੀਗੇ, ਹੈ ਨਾ, ਅਤੇ ਉੱਥੇ ਵੀ ਜਦੋਂ ਵੀ ਇਹਨਾਂ ਨੇ ਉਹ ਕੀਤਾ ਉਦੋਂ ਵੀ ਵਾਹਿਗੁਰੂ ਨਿਕਲਦਾ ਸੀਗਾ ਮੂੰਹ 'ਚੋਂ, ਅਤੇ ਵਾਹਿਗੁਰੂ ਦਾ ਬਹੁਤ ਵਾਹਿਗੁਰੂ ਦੇ ਕਰਕੇ ਚੱਲ ਰਹੇ ਹਾਂ, ਵਾਹਿਗੁਰੂ ਦਾ ਯੋਟ ਆਸਰਾ। ਕਿੰਨੇ ਦਿਨ ਇਹਨਾਂ ਨੇ ਤਸ਼ੱਦਦ ਕੀਤਾ ਜਾਂ ਕਿੰਨੇ ਦਿਨ ਰਿਮਾਂਡ ਲਿੱਤਾ? ਇਹਨਾਂ ਨੇ ਇੱਕ ਦਿਨ ਰਿਮਾਂਡ, ਇਹਨਾਂ ਨੇ ਇੱਕ ਦਿਨ ਲਿੱਤਾ ਮੇਰਾ, ਪਰ ਅਗਲੇ ਦਿਨ ਇਹ ਟੋਰਚਰ ਜਿਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਟੈਰੋਗੇਸ਼ਨ ਵਾਲਾ ਟੋਰਚਰ ਉਹ ਤੋਂ ਕਰਦੇ ਨੇ, ਇੱਕ ਦਿਨ ਲਿੱਤਾ ਇਹਨਾਂ ਨੇ ਰਿਮਾਂਡ ਮੇਰਾ, ਜੋ ਪਹਿਲੇ ਦਿਨ ਸਭ ਕੁਝ ਇਹਨਾਂ ਨੇ ਜੋ ਵੀ ਕਰਿਆ ਪਹਿਲੇ ਦਿਨ ਹੀ ਕਰਿਆ ਸੀ, ਮੈਂ 28 ਕਰ ਲਿਆ ਸੀ। ਔਰ ਜਦੋਂ ਦੂਸਰੇ ਦਿਨਾਂ ਦੇ ਵਿੱਚ ਰਿਮਾਂਡ ਹੋਇਆ ਤਾਂ ਕੀ ਉਹ ਮੈਂਟਲ ਟੋਰਚਰ ਸੀਗਾ? ਹਾਂ, ਉਹ ਮੈਂਟਲ ਟੋਰਚਰ ਸੀਗਾ, ਹੈ ਨਾ, ਵੀ ਹੁਣ ਉੱਥੇ ਗਰਮੀ 'ਚ ਬਿਠਾ ਕੇ ਰੱਖਿਆ, ਬਸ ਉੱਥੋਂ ਗਰਮੀ, ਉੱਥੇ ਕੁਛ ਨਹੀਂ ਹੈਗਾ, ਉੱਥੇ ਤਾਂ ਗਰਮੀ ਹੈ ਨਾ,
ਮੇਰੇ ਖਿਆਲ ਉਸ ਟਾਈਮ ਤਾਂ ਠੀਕ ਸੀ ਮੌਸਮ ਉਸ ਟਾਈਮ ਤਾਂ ਜਦੋਂ ਸੀ ਉਹ ਤਾਂ ਮੱਛਰਾਂ ਵਾਲਾ ਮਤਲਬ ਉੱਥੇ ਕੋਈ ਕੱਪੜਾ ਕੁਪੜਾ ਨਹੀਂ ਹੈਗਾ ਹੈਨਾ ਸਿਆਈਏ 'ਚ ਹੈਨਾ ਠੀਕ ਹੈ ਉੱਥੇ ਮੱਛਰ ਨੇ ਹੈਨਾ ਉੱਥੇ ਬਾਥਰੂਮ ਆ ਉੱਥੇ ਲੈਟਰਿੰਗ ਆ ਹੈਨਾ ਅਤੇ ਉੱਥੇ ਗੰਦ ਆ ਮਤਲਬ ਇੱਕ ਕਿਸਮ ਦਾ ਹੈਨਾ ਕੋਈ ਪੱਖਾ ਪੁੱਖਾ ਨਹੀਂ ਹੈਗਾ ਉੱਥੇ ਹੈਨਾ ਵੀ ਬਸ ਐਵੇਂ ਹੀ ਮਤਲਬ ਤਿੰਨ ਕਿੰਨੇ ਮੈਂ 5 ਦਿਨ ਰਿਹਾ ਉੱਥੇ ਚਾਰ ਹਾਂ 5 ਦਿਨ ਰਿਹਾ ਮੈਂ ਉੱਥੇ ਰੋਟੀ ਪਾਣੀ ਦੇ ਹਾਂ ਉਸ ਉੱਥੇ ਹਾਂ ਰੋਟੀ ਪਾਣੀ ਦਿੰਦੇ ਸੀਗੇ ਰੋਟੀ ਪਾਣੀ ਮਿਲਦਾ ਸੀਗਾ ਉੱਥੇ ਉੱਥੇ ਜਿਹੜੇ ਮੁਲਾਜ਼ਮ ਕੰਮ ਕਰਦੇ ਨੇ ਉਹ ਸਾਰੇ ਇੱਕ ਬਰਾਬਰ ਵੀ ਨਹੀਂ ਹੁੰਦੇ ਹੈਨਾ ਕੁਛ ਵਿੱਚ ਆਪਣੇ ਵਾਲੇ ਵੀ ਹੈਗੇ ਨੇ ਜਿਹੜੇ ਚੰਗੇ ਵੀ ਹੈਗੇ ਨੇ ਹੈ ਉਹ ਆਪਣੀ ਕੇਅਰ ਵੀ ਕਰਦੇ ਨੇ ਇਹੋ ਜਿਹੀ ਗੱਲ ਨਹੀਂ ਹੈਗੀ ਅਤੇ ਸਾਰੇ ਇੱਕ ਬਰਾਬਰ ਹੈਗੇ ਪਰ ਹਾਂ ਹੁਣ ਦੀ ਵਾਰ ਮੈਂ ਜਦੋਂ ਗਿਆ ਦੂਜੇ ਵਾਰ ਮੇਰਾ ਪ੍ਰੋਡਕਸ਼ਨ ਪਲਾਂਟ ਲੱਗਿਆ ਜਦੋਂ ਮੇਰਾ ਦੂਜਾ ਕੇਸ ਲੱਗਣਾ ਸੀ ਅਜੇ ਉੱਦਣ ਮੈਂ ਗਿਆ ਉੱਦਣ ਇਹਨਾਂ ਨੇ ਉੱਦਣ ਬਹੁਤ ਗਰਮੀ ਸੀਗੀ ਉੱਦਣ ਤਾਂ ਮੈਂ ਗਿਆ ਸੀ 13 ਜੂਨ ਨੂੰ ਅੱਛਾ ਅਤੇ ਉੱਦਣ ਤਾਂ ਉੱਦਣ ਇਹਨਾਂ ਨੇ ਪੰਖੇ ਪੁੰਖੇ ਸਭ ਸਾਈਡ 'ਚ ਕਰਦੇ ਉੱਥੇ ਕਹਿੰਦੇ ਕੁਛ ਨਹੀਂ ਲਾਉਣਾ ਇਹਦੇ ਕੋਲ ਕਹਿੰਦੇ ਠੀਕ ਹੈ ਪਰ ਚਲੋ ਉੱਦਣ ਮੈਂ 1 ਦਿਨ ਰਿਹਾ ਇਹਨਾਂ ਕੋਲ ਅਗਲੇ ਦਿਨ ਇੱਕ ਰਾਤ ਕੱਟੀ ਮੈਂ ਉੱਥੇ ਅਤੇ ਅਗਲੇ ਦਿਨ ਫਿਰ ਇਹਨਾਂ ਨੇ ਮੈਨੂੰ ਪੇਸ਼ ਕਰਤਾ ਸੀ ਮੈਂ ਦੁਬਾਰੀ ਜੇਲ੍ਹ 'ਚ ਭੇਜਤਾ ਸੀਗਾ ਜੇਲ੍ਹ ਦੇ ਵਿੱਚ ਕਦੋਂ ਆਉਂਦੇ ਹੋ ਤੁਸੀਂ ਮੈਂ 2 ਅਪ੍ਰੈਲ ਨੂੰ ਜੇਲ੍ਹ 'ਚ ਚਲਾ ਗਿਆ ਸੀਗਾ ਮਾਰਚ ਮਹੀਨਾ ਤੁਸੀਂ ਸਾਰਾ ਹਾਂ ਮਾਰਚ 28 ਨੂੰ ਵੀ ਉੱਥੇ ਰਹੇ 29 ਨੂੰ ਵੀ ਉੱਥੇ ਰਹੇ 30 ਨੂੰ ਵੀ ਉੱਥੇ ਰਹੇ ਸਿਆਈ 'ਚ 31 ਨੂੰ ਵੀ 1 ਨੂੰ ਵੀ ਅਤੇ 2 ਅਪ੍ਰੈਲ ਨੂੰ ਮੈਂ ਫਿਰ ਜੇਲ੍ਹ 'ਚ ਭੇਜਤਾ ਸੀ ਅੰਬਾਲਾ ਅੰਬਾਲੇ ਵਾਲੀ ਅੰਬਾਲੀ ਜੇਲ੍ਹ 'ਚ ਤੁਸੀਂ ਅੰਬਾਲੇ 'ਚ ਚਲੇ ਗਏ ਸੀ ਹਾਂਜੀ ਜਦੋਂ ਜੇਲ੍ਹ ਦੇ ਵਿੱਚ ਜਾਂਦੇ ਹੋ ਪੈਰ ਧਰਾਵਾ ਉੱਥੇ ਹੁੰਦਾ ਹੈ ਹਾਲਾਂਕਿ ਇਹ ਪਹਿਲਾ ਐਕਸਪੀਰੀਅੰਸ ਸੀਗਾ ਦੂਜਾ ਸੀਗਾ ਇਸ ਤੋਂ ਪਹਿਲਾਂ ਸੱਚ ਪਟਿਆਲਾ ਜੇਲ੍ਹ ਦੇ ਵਿੱਚ ਤੁਸੀਂ ਜਾ ਕੇ ਆਏ ਸੀਗੇ ਹਾਲਾਂਕਿ ਬੰਦਾ ਤਾਂ ਇਹ ਸੋਚਦਾ ਹੁੰਦਾ ਕਿ ਹੈ ਨਾ ਕਿ ਕਹਿੰਦੇ ਬੰਦੇ ਜਿਹੜੇ ਬਾਹਰ ਵੀ ਰਹਿੰਦੇ ਹੁੰਦੇ ਆ ਕਿ ਜੇਲ੍ਹ ਦੀ ਰੋਟੀ ਖਾ ਲੈਂਦੇ ਹੁੰਦੇ ਤਾਂ ਕਿ ਕਿਸੇ ਨੂੰ ਜੇਲ੍ਹ ਦੀ ਰੋਟੀ ਨਾ ਖਾਣੀ ਪਵੇ ਨਹੀਂ ਇਹ ਤਾਂ ਗੱਲਾਂ ਤੁਹਾਡਾ ਦੂਜਾ ਐਕਸਪੀਰੀਅੰਸ ਹੋ ਗਿਆ ਇਹ ਹੈ ਨਾ ਇਹ ਤਾਂ ਗੱਲਾਂ ਬਣਾਈਆਂ ਹੋਈਆਂ ਨੇ ਅੰਦਰ ਇਹ ਤਾਂ ਜਿੱਥੇ ਬਾਬਾ ਜੀ ਨੇ ਲਿਖਿਆ ਹੋਇਆ ਨਾ ਵੀ ਦਾਣਾ ਪਾਣੀ ਖਾਣਾ ਜਿੰਨੇ ਦਿਨ ਖਾਣਾ ਉਨਾ ਖਾਣਾ ਹੀ ਹੁੰਦਾ ਉੱਥੇ ਜਾ ਕੇ ਹੈ ਨਾ ਅਤੇ ਜੇਲ੍ਹ ਬਹੁਤ ਕੁਛ ਸਿਖਾਉਂਦੀ ਹੈ ਬੰਦੇ ਨੂੰ ਜੇਲ੍ਹ ਚੱਲੇ ਬਾਬੇ ਨਾਨਕ ਦੇ ਫਲਸਫੇ 'ਤੇ ਰਹੀ ਹੈ ਕਿਵੇਂ ਸਾਰੇ ਦੇਖੀਏ ਅਸੀਂ ਹੈ ਨਾ ਜੇਲ੍ਹ 'ਚ ਬੰਦਾ ਕਿਉਂ ਜਾਂਦਾ ਬੰਦਾ ਜਾਂਦਾ ਜੇਲ੍ਹ 'ਚ ਜਿਹੜੇ 5 ਵਿਕਾਰ ਬਾਬਾ ਜੀ ਨੂੰ ਪਸੰਦ ਨਹੀਂ ਹੈਗੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਨਾ ਕਾਮ ਕਰਕੇ ਜਿਹੜੇ ਰੇਪ ਰੂਪ ਹੁੰਦੇ ਨੇ ਹੈ ਨਾ ਇਹਨਾਂ ਕਰਕੇ ਜਾਂਦਾ ਬੰਦਾ ਲੋਭ ਕਰਕੇ ਮਾਇਆ ਕਰਕੇ ਹੈ ਨਾ ਮੋਹ ਕਰਕੇ ਪਰਿਵਾਰ ਰਿਸ਼ਤਿਆਂ 'ਚ ਕੁਛ ਗੜਬੜਾਂ ਹੋ ਜਾਂਦੀਆਂ ਨੇ ਉਹਦੇ ਕਰਕੇ ਹੈ ਨਾ ਕ੍ਰੋਧ ਕਰਕੇ ਗੁੱਸੇ 'ਚ ਕਿਸੇ ਦਾ ਨੁਕਸਾਨ ਹੋ ਗਿਆ ਅਹੰਕਾਰ ਕਰਕੇ ਮੇਰੇ ਵਰਗਾ ਕੋਈ ਨਹੀਂ ਹੈਗਾ ਇਹ 5 ਚੀਜ਼ਾਂ ਮਾੜੀਆਂ ਚੀਜ਼ਾਂ ਨੇ ਜਿਹੜੀਆਂ ਬਾਬਾ ਜੀ ਨੂੰ ਪਸੰਦ ਨਹੀਂ ਹੈਗੀ ਹੈ ਨਾ ਉਹਨਾਂ ਕਰਕੇ ਅੰਦਰ ਜਾਂਦਾ ਬੰਦਾ ਅਤੇ ਅੰਦਰ ਜਾ ਕੇ ਵੀ ਬਾਬੇ ਨਾਨਕ ਦੇ ਫਲਸਫੇ 'ਤੇ ਜੇਲ੍ਹ ਚੱਲ ਰਹੀ ਆ ਉੱਥੇ ਇੱਕ ਬੈਰਕ ਆ ਬੈਰਕ 'ਚ 50 ਬੰਦੇ ਪਏ ਨੇ ਇੱਕ ਦੂਜੇ ਨੂੰ ਭਰਾ ਸੋਚਦੇ ਨੇ ਸਾਰੇ ਦੇ ਸਾਰੇ ਅੰਦਰ ਹੈ ਨਾ ਕੋਈ ਜਾਤ ਪਾਤ ਨਹੀਂ ਹੈਗੀ ਅੰਦਰ ਸੇਮ ਥਾਲੀਆਂ ਨੇ ਹੈ ਨਾ ਕਦੇ ਕਿਸੇ ਦੀ ਥਾਲੀ ਲੈ ਕੇ ਰੋਟੀ ਖਾ ਲਈ ਕਦੇ ਕਿਸੇ ਦੀ ਥਾਲੀ ਲੈ ਕੇ ਰੋਟੀ ਖਾ ਲਈ ਠੀਕ ਹੈ ਇੱਕ ਦੂਜੇ ਦੇ ਦੁੱਖ ਦੇ ਸਾਂਝੇ ਮਤਲਬ ਬਣਦੇ ਨੇ ਹੈ ਨਾ ਵੀ ਹਾਂ ਉਹਦਾ ਦੁੱਖ ਸੁਣ ਲਿਆ ਹੈ ਨਾ ਵੀ ਉਹਨੂੰ ਸਕੂਨ ਮਿਲ ਗਿਆ ਹੈ ਨਾ ਅਤੇ ਜਦੋਂ ਕਿਸੇ ਦੀ ਬੇਲ ਹੁੰਦੀ ਹੈ ਖੁਸ਼ ਹੁੰਦੇ ਨੇ ਹੈ ਨਾ ਲੋਕ ਉੱਥੇ ਕੋਈ ਜੈਲਸ ਨਹੀਂ ਹੈਗੇ ਕਿਸੇ ਤੋਂ ਕਿਸੇ ਨਾਲ ਹੈ ਨਾ ਅਤੇ ਵਧੀਆ ਬਹੁਤ ਕੁਛ ਸਿਖਾਉਂਦੀ ਹੈ ਜੇਲ੍ਹ ਹੈ ਨਾ ਵੀ ਹਾਂ ਵੀ ਸਾਰਿਆਂ ਨੂੰ ਇਹ ਪੁੱਛ ਰਿਹਾ ਜੇ ਨਵਦੀਪ ਦੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਇਸ ਵੀਰੋ ਇਹ ਗੱਲ ਤੁਸੀਂ ਦੇਖੀ ਕਿ ਕਿਸ ਤਰ੍ਹਾਂ ਪ੍ਰਸ਼ਾਸਨ ਕਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਘਰ ਦਾ ਰਿਹਾ ਉਹਨਾਂ ਕੋਲ ਇਨਵੈਸਟੀਗੇਸ਼ਨ ਕਰਦਾ ਰਿਹਾ ਕਿਹੜੇ ਕਿਹੜੇ ਉਹਨਾਂ ਤੋਂ ਤਰੀਕੇ ਲਾਉਂਦਾ ਰਿਹਾ ਕਿ ਜਨਾਬ ਤੁਸੀਂ ਦੱਸੋ ਵੀਰੋ ਕਿਸਾਨ ਅੰਦੋਲਨ ਦੇ ਵਿੱਚ ਕਿਸਾਨ ਕੀ ਕਰ ਰਹੇ ਕਰ ਸਕਦੇ ਆ ਵੱਧ ਤੋਂ ਵੱਧ ਆਪਣੇ ਹੱਕ ਦੀ ਲੜਾਈ ਲੜਦੇ ਆ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੀਆਂ ਫਸਲਾਂ ਦਾ ਪੂਰਾ ਰੇਟ ਦਿੱਤਾ ਜਾਵੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਕਿਸਮ ਦੀ ਵੀ ਧੱਕੇਸ਼ਾਹੀ ਨਾ ਕੀਤੀ ਜਾਵੇ ਜਿਹੜੇ ਗੌਰਮੈਂਟ ਉਹਨਾਂ ਨਾਲ ਵਾਅਦੇ ਕੀਤੇ ਆ ਉਹਨਾਂ ਨੂੰ ਸਬਸਿਡੀ ਦੇਣ ਦੇ ਉਹਨਾਂ ਦੇ ਕਰਜ਼ੇ ਮਾਫ਼ ਕਰਨ ਦੇ ਉਹ ਪੂਰੇ ਕੀਤੇ ਜਾਣ ਵੀਰੋ ਇਹ ਚੰਦ ਕਿਸਾਨਾਂ ਦੀਆਂ ਮੰਗਾਂ ਵਾ ਉਹਨਾਂ ਨੂੰ ਉਹਨਾਂ ਦਾ ਪਾਣੀ ਦਿੱਤਾ ਜਾਵੇ ਇਸ ਤੋਂ ਇਲਾਵਾ ਹੋਰ ਕਿਸਾਨ ਕੀ ਮੰਗ ਕਰ ਸਕਦੇ ਆ ਕਿਸਾਨਾਂ ਦੀਆਂ ਮੰਗਾਂ ਉਹ ਕਿਸਾਨ ਅੰਨਦਾਤਾ ਜਿਹੜੇ ਕਿ ਪੂਰੇ ਦੇਸ਼ ਵਾਸਤੇ ਕੰਮ ਕਰਦੇ ਆ ਪੂਰੇ ਦੇਸ਼ ਵਾਸਤੇ ਅਨਾਜ ਉਗਾਉਂਦੇ ਆ ਧੁੱਪ ਗਰਮੀ ਸਰਦੀ ਵੀਰੋ ਕਿਸਾਨ ਖੇਤੀਬਾੜੀ ਇੱਕ ਇਹੋ ਜਿਹਾ ਸ਼ੁਭਾ ਹੈ ਜਿਹੜਾ ਕਿ ਬੜਾ ਔਖਾ ਅਤੇ ਬੜਾ ਇਹਦੇ 'ਚ ਕੰਮ ਕਰਨਾ ਐਡਾ ਸੌਖਾ ਨਹੀਂ ਹੈਗਾ ਰਾਤ ਦਿਨ ਨਹੀਂ ਵੇਖਣਾ ਗਰਮੀ ਸਰਦੀ ਧੁੱਪ ਨਹੀਂ ਵੇਖਣੀ ਰਾਤ ਨੂੰ ਪਾਣੀ ਲਾਉਣ ਜਾਂਦਾ ਜੇ ਸਰਦੀਆਂ ਦੀਆਂ ਰਾਤਾਂ ਨੂੰ ਕਿਸੇ ਦਾ ਦਿਲ ਕਰਦਾ ਕਿ ਠੰਡੇ ਪਾਣੀ 'ਚ ਪੈਰ ਪਾਉਣ ਨੂੰ ਹੱਥ ਪਾਉਣ ਨੂੰ ਲੇਕਿਨ ਕਿਸਾਨ ਇਹ ਕੰਮ ਕਰਦੇ ਆ
ਤੇ ਵੀਰੋ ਕਿਸਾਨਾਂ ਨੂੰ ਅੰਨਦਾਤਾ ਦੇ ਨਾਲ ਉਹਨਾਂ ਦੀਆਂ ਮੰਗਾਂ ਨਹੀਂ ਸੁਣੀਆਂ ਗਈਆਂ, ਉਹ ਤੇ ਆਪਣੀਆਂ ਸ਼ਾਂਤਮਈ ਮੰਗਾਂ ਲੈ ਕੇ ਜਾ ਰਹੇ ਸੀ, ਲੇਕਿਨ ਉਹਨਾਂ ਨੂੰ ਫਿਰ ਵੀ ਤਾਕਤ ਦਾ ਜ਼ੋਰ ਲਾ ਕੇ ਉਹਨਾਂ ਨੂੰ ਕਿਸ ਤਰ੍ਹਾਂ ਤਿੱਤਰ ਬਿੱਤਰ ਕੀਤਾ ਗਿਆ। ਵੀਰੋ ਇੰਝ ਨਹੀਂ ਹੋਣਾ ਚਾਹੀਦਾ, ਮੇਰੇ ਖਿਆਲ ਦੇ ਵਿੱਚ ਕਿਸਾਨਾਂ ਦੇ ਨਾਲ ਪੂਰਾ ਸਪੋਰਟ ਕਰਨੀ ਚਾਹੀਦੀ, ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਚਾਹੀਦੀਆਂ ਤਾਂ ਕਿ ਚੰਗੇ ਤੋਂ ਚੰਗਾ ਅਨਾਜ ਗਾਉਣ, ਬਹੁਤਾ ਤੋਂ ਬਹੁਤਾ ਅਨਾਜ ਗਾਉਣ, ਮੁਲਕ ਦੇ ਵਿੱਚ ਖੁਸ਼ਹਾਲੀ ਲੈ ਕੇ ਆਉਣ। ਵੀਰਾ ਤੁਹਾਡਾ ਇਸ ਦੇ ਬਾਰੇ ਕੀ ਰਾਏ ਹੈ, ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਨਾ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।